ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਮੈਂ ਤੁਹਾਡਾ ਤਰਨਦੀਪ ਸਿੰਘ ਰੋਜ਼ ਦੀ ਤਰ੍ਹਾਂ ਅੱਜ ਅਸੀਂ ਤੁਹਾਨੂੰ ਇੱਕ ਵੱਖਰੀ ਜਗ੍ਹਾ 'ਤੇ ਲੈ ਕੇ ਜਾਵਾਂਗੇ ਜੋ ਹਰਿਆਣੇ ਦਾ ਇਕਲੌਤਾ ਹਿੱਲ ਸਟੇਸ਼ਨ ਆ ਜੋ ਹਿਮਾਲਿਆ ਸਿਵਾਲਿਕ ਦੀਆਂ ਪਹਾੜੀਆਂ ਵਿੱਚ ਲੁਕਿਆ ਹੋਇਆ ਮੋਰਨੀ ਹਿੱਲ ਸਟੇਸ਼ਨ ਅੱਜ ਤੁਹਾਨੂੰ ਉੱਥੇ ਦਾ ਕੁਦਰਤ ਦਾ ਨਜ਼ਾਰਾ ਦਿਖਾਵਾਂਗੇ ਉੱਥੇ ਦੀਆਂ ਪਹਾੜੀਆਂ ਜੀਵ ਜੰਤੂ ਅਤੇ ਉੱਥੇ ਦਾ ਪਰਿਆਵਰਣ ਅੱਜ ਅਸੀਂ ਉੱਥੇ ਚੱਲਦੇ ਹਾਂ ਅੱਜ ਦਰਸ਼ਕੋ ਆਪਾਂ ਜਾ ਕੇ ਮੋਰਨੀ ਹਿੱਲ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਉੱਥੇ ਦ੍ਰਿਸ਼ ਚੰਡੀਗੜ੍ਹ ਤੋਂ ਕਾਫੀ ਦੂਰ ਹੈ ਘੱਟੋ ਘੱਟ 40 ਤੋਂ 45 ਕਿਲੋਮੀਟਰ ਦੀ ਦੂਰੀ 'ਤੇ ਹੈ ਅਸੀਂ ਹੁਣ ਤੁਰਨ ਲੱਗੇ ਹਾਂ ਅਤੇ ਤੁਹਾਨੂੰ ਉੱਥੇ ਦਾ ਨਜ਼ਾਰਾ ਜ਼ਰੂਰ ਦਿਖਾਵਾਂਗੇ ਆਓ ਚੱਲਦੇ ਹਾਂ ਮੋਰਨੀ ਹਿੱਲ ਸਿਵਾਲਿਕ ਰੇਂਜ ਦੇ ਹੇਠਲੇ ਹਿੱਸੇ ਵਿੱਚ ਸਥਿਤ ਮੋਰਨੀ ਆਪਣੇ ਠੰਡੇ ਮੌਸਮ ਸੁੰਦਰ ਕੁਦਰਤੀ ਦ੍ਰਿਸ਼ ਅਤੇ ਚਟਾਨ ਚੜ੍ਹਾਈ ਅਤੇ ਹੋਰ ਸਾਹਸੀ ਖੇਡਾਂ ਦੇ ਅਣਗਿਣਤ ਮੌਕਿਆਂ ਦੇ ਨਾਲ ਨਾਲ ਇੱਥੇ ਛੁੱਟੀਆਂ ਮਨਾਉਣ ਨੂੰ ਕਾਫੀ ਚੰਗਾ ਸਮਾਂ ਮਿਲਦਾ ਹੈ ਦਿੱਲੀ ਤੋਂ ਸਿਰਫ 5 ਘੰਟੇ ਦੀ ਦੂਰੀ 'ਤੇ 45 ਕਿਲੋਮੀਟਰ ਚੰਡੀਗੜ੍ਹ ਤੋਂ ਪੰਚਕੂਲਾ ਜ਼ਿਲ੍ਹੇ ਵਿੱਚੋਂ ਮੋਰਨੀ ਐਕਸ਼ਨ ਸਾਹਸ ਅਤੇ ਮੌਜ ਮਸਤੀ ਦੇ ਨਾਲ ਨਾਲ ਇੱਕ ਸ਼ਾਨਦਾਰ ਰਿਜ਼ੋਰਟ ਦਾ ਸਭ ਤੋਂ ਵਧੀਆ ਸੁਮੇਲ ਹੈ ਸਮੁੰਦਰ ਤਲ ਤੋਂ 3700 ਫੁੱਟ ਦੀ ਉਚਾਈ 'ਤੇ ਮੋਰਨੀ ਵਿੱਚ ਬਨਸਪਤੀ ਅਤੇ ਜੀਵ ਜੰਤੂਆਂ ਦੀ ਇੱਕ ਦਿਲਚਸਪ ਸ਼੍ਰੇਣੀ ਹੈ ਪਹਾੜੀ ਚੋਟੀਆਂ 'ਤੇ ਪਾਈਨ ਤਾਜ਼ ਹਨ ਅਤੇ ਨਿੰਮ ਓਕ ਪਿੱਪਲ ਜਾਮਨ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਦਰਖਤ ਪਾਏ ਜਾਂਦੇ ਹਨ ਜਦੋਂ ਫੁੱਲਾਂ ਵਾਲੇ ਰੁੱਖ ਖਿੜਦੇ ਹਨ ਪਹਾੜੀ ਰੰਗਾਂ ਨਾਲ ਰੰਗੀਆਂ ਹੁੰਦੀਆਂ ਕੁਦਰਤੀ ਇਹ ਦ੍ਰਿਸ਼ ਦਿਲ ਨੂੰ ਮੋਹ ਲੈਂਦੇ ਹਨ ਇੱਕ ਮਨਮੋਹਣਾ ਜਿਹਾ ਨਜ਼ਾਰਾ ਪੇਸ਼ ਕਰਦੇ ਨੇ ਪਹਾੜੀਆਂ ਵਿੱਚ ਦਰਖਤਾਂ ਨੂੰ ਇੱਕ ਪ੍ਰਯੋਗਾਤਮ ਉਦਮ ਵਜੋਂ ਪੇਸ਼ ਕੀਤਾ ਗਿਆ ਇਹ ਇੱਕ ਵਿਲੱਖਣ ਜਿਹਾ ਨਜ਼ਾਰਾ ਹੈ ਮਾਲਦਨਾ ਪਿੰਡ ਤੋਂ ਜਦੋਂ ਅੱਗੇ ਨੂੰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਪਹਾੜਾਂ ਤੋਂ ਮਲਵਾ ਸੜਕ 'ਤੇ ਅੱਡ ਗਿਆ ਪਿਆ ਦਰਅਸਲ ਹੁਣ ਇੱਕ ਤਾਂ ਸਾਵਣ ਦੇ ਮਹੀਨੇ ਕਰਕੇ ਬਾਰਿਸ਼ ਹੋਈ ਆ ਉਹ ਤੋਂ ਕਰਕੇ ਦੂਜਾ ਕੁਦਰਤ ਦੇ ਨਾਲ ਛੇੜਛਾੜ ਜਦੋਂ ਆਪਾਂ ਕੁਦਰਤ ਦੇ ਨਾਲ ਛੇੜਛਾੜ ਕਰਦੇ ਹਾਂ ਤਾਂ ਓਬੀਅਸਲੀ ਕੁਦਰਤ ਵੀ ਆਪਾਂ ਨੂੰ ਕੁਛ ਨਾ ਕੁਛ ਉਹਦਾ ਜਵਾਬ ਦਿੰਦੀ ਆ ਆ ਦੇਖੋ ਸੜਕਾਂ ਰੁਕੀਆਂ ਪਈਆਂ ਨੇ ਕਿਉਂਕਿ ਕੁੱਲੂ ਮਨਾਲੀ ਦੀ ਗੱਲ ਕੀਤੀ ਜਾਵੇ ਤਾਂ ਕੁੱਲੂ ਮਨਾਲੀ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੇ ਰਸਤੇ ਨੇ ਰਾਹ ਨੇ ਹੈ ਨਾ ਪੈਂਡੇ ਉਹ ਇਸੇ ਤਰ੍ਹਾਂ ਬੰਦ ਨੇ ਸੋ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਜੇ ਆਉਂਗੇ ਤੁਸੀਂ ਹਿਮਾਚਲ ਅਤੇ ਜਾਂ ਮਨਾਲੀ ਨੂੰ ਤੁਹਾਨੂੰ ਜ਼ਰੂਰ ਇੱਦਾਂ ਦੇ ਹੈ ਨਾ ਪਹਾੜ ਡਿੱਗੇ ਹੋਏ ਮਿਲਣਗੇ ਸੋ ਜਦੋਂ ਅਸੀਂ ਮਾਦਨਾ ਤੋਂ ਮੋਰਨੀ ਹਿੱਲ ਜਾ ਰਹੇ ਸੀ ਤਾਂ ਰਸਤੇ ਵਿੱਚ ਬਹੁਤ ਜ਼ਿਆਦਾ ਇੱਦਾਂ ਦੀਆਂ ਅੜਚਣਾਂ ਆ ਰਹੀਆਂ ਨੇ ਸੋ ਜਿਹੜੇ ਸਾਡੇ ਦਰਸ਼ਕ ਨੇ ਉਹ ਵੀ ਜਦੋਂ ਆਉਣਗੇ ਤਾਂ ਜ਼ਰੂਰ ਧਿਆਨ ਰੱਖਣਾ ਰਸਤੇ ਦਾ ਅੱਗੇ ਦ੍ਰਿਸ਼ ਮੋਰਨੀ ਦੇ ਵਿੱਚ ਮਿੱਥ ਰਹੱਸ ਅਤੇ ਇਤਿਹਾਸ ਦਾ ਵੀ ਸਥਾਨ ਹੈ ਇੱਥੋਂ ਦੋ ਵੱਡੀਆਂ ਝੀਲਾਂ ਜਾਂ ਤਾਲਾ ਹਨ ਜੋ ਰਹੱਸਮਈ ਢੰਗ ਦੇ ਨਾਲ ਆਪਸ ਵਿੱਚ ਜੁੜੀਆਂ ਜਾਪਦੀਆਂ ਹਨ ਭਾਵੇਂ ਕਿ ਉਹ ਇੱਕ ਪਹਾੜੀ ਦੁਆਰਾ ਵੱਖ ਕੀਤੀਆਂ ਜਾਂਦੀਆਂ ਹਨ ਦੋਵਾਂ ਤਾਲਾਂ ਵਿੱਚ ਪਾਣੀ ਦਾ ਪੱਧਰ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ ਸਥਾਨਕ ਲੋਕ ਝੀਲ ਨੂੰ ਸਭ ਮੰਨਦੇ ਹਨ ਅਤੇ ਰਸਮੀ ਮੌਕਿਆਂ 'ਤੇ ਇੱਥੇ ਵੱਡਾ ਇਕੱਠ ਹੁੰਦਾ ਹੈ ਕਿਨਾਰੇ 'ਤੇ ਇੱਕ ਛੋਟੇ ਜਿਹੇ ਮੰਦਰ ਵਿੱਚ ਤ੍ਰਿਮੂਰਤੀ ਹਿੰਦੂ ਤ੍ਰੈਦੇਵ ਨੂੰ ਸਥਾਪਿਤ ਕੀਤਾ ਜਾਂਦਾ ਹੈ ਜੋ ਕਿ 12ਵੀਂ ਸਦੀ ਈਸਵੀ ਦੀ ਹੈ ਇੱਕ ਪੁਰਾਣੇ ਕਿਲੇ ਦੇ ਅਵੇਸ਼ ਵਿੱਚ ਇੱਥੇ ਇੱਕ ਇਤਿਹਾਸ ਵੀ ਛਿਪਿਆ ਹੋਇਆ ਹੈ ਮੋਰਨੀ ਕਈ ਦਿਲਚਸਪ ਟ੍ਰੈਕਿੰਗ ਵਿਕਲਪ ਪੇਸ਼ ਕਰਦਾ ਹੈ ਤੁਸੀਂ ਦੋ ਤਾਲਾ ਅਤੇ ਪੁਰਾਣੇ ਕਿਲੇ ਤੱਕ ਸੈਰ ਕਰ ਸਕਦੇ ਹੋ ਅਤੇ ਹੋਰ ਸਾਹਸੀ ਲਈ ਘੱਗਰ ਨਦੀ ਦੇ ਕੰਢੇ ਤੱਕ ਪੈਦਲ ਚੱਲ ਸਕਦੇ ਹੋ ਜੋ ਮੋਰਨੀ ਤੋਂ ਲੰਘਦਾ ਹੈ ਖਾਲੀ ਸੜਕਾਂ 'ਤੇ ਤਰਨ ਕਿਉਂਕਿ ਇੰਨਾ ਸੋਹਣਾ ਮੋਰਨੀ ਹਿੱਲ ਦਾ ਪਰਿਆਵਰਣ ਆ ਮੌਸਮ ਆ ਪਹਿਲੀ ਗੱਲ ਤਾਂ ਇੱਥੇ ਟਾਮਾ ਟੱਪਾ ਕੋਈ ਮੁਸਾਫਰ ਆਉਂਦਾ ਹੈ ਨਾ ਪਰਯਟਨ ਆਉਂਦੇ ਨੇ ਹਿੰਦੀ ਵਿੱਚ ਉਹਨੂੰ ਪਰਯਟਨ ਕਹਿ ਦਿੰਦੇ ਨੇ ਪੰਜਾਬੀ 'ਚ ਮੁਸਾਫਰ ਕਹਿ ਦਿੰਦੇ ਨੇ ਹੈ ਨਾ ਜਾਂ ਘੁੰਮਣ ਵਾਲੇ ਸੋ ਟਾਮਾ ਟੱਲਾ ਕੋਈ ਆਉਂਦਾ ਰੋਡ ਜਮਾਂ ਹੀ ਸਾਫ ਸੁਨਸੈਨ ਕੋਈ ਕੋਈ ਸ਼ਾਇਦ ਇੱਕ ਅੱਧਾ ਹੀ ਕੋਈ ਰਾਹੀ ਜਾਂਦਾ ਪਰ ਅੱਗੇ ਜਾ ਕੇ ਬਹੁਤ ਸੋਹਣਾ ਦ੍ਰਿਸ਼ ਮੋਰਨੀ ਹਿੱਲ ਦਾ ਕਿਉਂਕਿ ਉੱਥੇ ਦਾ ਜਿਹੜਾ ਵਿਊ ਆ ਹੈ ਨਾ ਉੱਥੇ ਦੇ ਜਿਹੜੇ ਪਰਿਆਵਰਣ ਆ ਬੜਾ ਸੋਹਣਾ ਅੱਗੇ ਆ ਕੇ ਉਹ ਤੁਹਾਨੂੰ ਦਿਖਾਵਾਂਗੇ ਫਿਲਹਾਲ ਕੋਈ ਟਾਮੀ ਟੱਲੀ ਗੱਡੀ ਆਉਂਦੀ ਆ ਤੋ ਅਸੀਂ ਹੁਣ ਜਦੋਂ ਜਾ ਰਹੇ ਸੀ ਮੋਰਨੀ ਹਿੱਲ ਨੂੰ ਤਾਂ ਰਾਹ ਦੇ ਵਿੱਚ ਮਾਦਨਾ ਪਿੰਡ ਆਉਂਦਾ ਉੱਥੇ ਦਾ ਦ੍ਰਿਸ਼ ਬੜਾ ਮਨਮੋਹਣਾ ਪੰਛੀਆਂ ਦੀ ਆਵਾਜ਼ ਦਿਲ ਨੂੰ ਸੂਹ ਰਹੀ ਆ ਔਰ ਇੱਥੇ ਦਾ ਪਰਿਆਵਰਣ ਅਤੇ ਵਾਤਾਵਰਣ ਬੜਾ ਸੋਹਣਾ ਪਹਾੜੀਆਂ ਆਈ ਥਿੰਕ ਇਹ ਪਹਾੜੀਆਂ ਨੇ ਜਿਹੜੀਆਂ ਸੋਲਨ ਜਾਂ ਪਹਾੜੀਆਂ ਨੇ ਹਿਮਾਚਲ ਦੀਆਂ ਦਿਖ ਰਹੇ ਨੇ ਪਰ ਇਹ ਇਕਲੌਤਾ ਹਿੱਲ ਸਟੇਸ਼ਨ ਆ ਹਰਿਆਣੇ ਦਾ
ਕੁਦਰਤ ਦੀ ਗੋਦ ਦੇ ਵਿੱਚ ਅਤੇ ਨਾਲ ਹੀ ਸੈਰ ਦੀ ਜਿਹੜੀ ਅੱਡੀ ਆਵਾਜ਼ਾਈ ਹੁੰਦੀ ਆ ਹੈ ਨਾ, ਸੈਰ ਦੀ ਆਵਾਜ਼ਾਈ ਸੋਰ ਤੋਂ ਬਹੁਤ ਕੋਹਾਂ ਦੂਰ ਇੱਕ ਸ਼ਾਂਤੀ ਭਰਿਆ ਮਾਹੌਲ, ਸੋਹਣੀ ਸੋਹਣੀ ਆਵਾਜ਼ਾਂ ਕੁਦਰਤ ਦੀਆਂ, ਚਿੜੀਆਂ ਦੀਆਂ, ਜਾਨਵਰਾਂ ਦੀਆਂ, ਪੰਛੀਆਂ ਦੀਆਂ। ਸੋ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ, ਹਿਮਾਚਲ ਹਰਿਆਣਾ ਹਿਮਾਚਲ ਦੇ ਵਿੱਚ ਦਰਅਸਲ ਹਰ ਕੋਈ ਘੁੰਮਣ ਜਾਂਦਾ, ਪਰ ਇਕਲੌਤਾ ਮੋਰਨੀ ਹਿੱਲ ਸਟੇਸ਼ਨ ਹਰਿਆਣੇ ਦਾ ਚੰਡੀਗੜ੍ਹ ਤੋਂ ਥੋੜ੍ਹੀ ਜਿਹੀ ਨਜ਼ਦੀਕ ਆ, ਨਾਲੇ ਤੁਹਾਡਾ ਪੈਸਾ ਵੀ ਬਚਦਾ ਅਤੇ ਨਾਲੇ ਸਮੇਂ ਦੀ ਵੀ ਬੱਚਤ ਹੁੰਦੀ ਆ, ਕਿਉਂਕਿ ਇੱਥੇ ਤਾਂ ਆਵਾਜਾਈ ਵੀ ਤੁਹਾਨੂੰ ਦੇਖ ਸਕਦੇ ਹੋ, ਕੋਈ ਇਕੱਠ ਨਹੀਂ ਹੈ ਨਾ, ਨਾਲ ਹੀ ਕੋਈ ਗੱਡੀ ਖੜਾਉਣ ਦੀ ਕੋਈ ਦਿੱਕਤ ਨਹੀਂ, ਹਰ ਚੀਜ਼ ਬੜੀ ਖੁੱਲ੍ਹੇ ਦੇ ਵਿੱਚ ਆ। ਸੋ ਜਦੋਂ ਆਉਂਗੇ ਬੜਾ ਸੋਹਣਾ ਦ੍ਰਿਸ਼ ਨੇ, ਬੜੀਆਂ ਸੋਹਣੀਆਂ ਆਵਾਜ਼ਾਂ ਨੇ, ਕੋਈ ਕੋਈ ਟਾਵਾਂ ਟੱਪਾ ਗੱਡੀ ਆਉਂਦੀ ਆ ਹੈ ਨਾ, ਬੜਾ ਸੋਹਣਾ ਅੱਗੇ ਦਾ ਜਿਹੜਾ ਦ੍ਰਿਸ਼ ਆ ਤੁਹਾਡੇ ਨਾਲ ਮੈਂ ਸਾਂਝਾ ਕਰੂੰਗਾ। ਫਿਲਹਾਲ ਇੱਥੇ ਦਾ ਮੋਹਣਾ ਦ੍ਰਿਸ਼ ਤੁਹਾਨੂੰ ਵਾਕੂਬ ਹੀ ਤੁਹਾਡੇ ਦਿਲ ਨੂੰ ਸੂਰ ਰਵੇਗਾ, ਅਤੇ ਵਾਕਈ ਹੀ ਹਰ ਕੋਈ ਟਾਮਾ ਟੱਕਾ ਵਿਅਕਤੀ ਆਉਂਦਾ, ਪ੍ਰਯਟਨ ਆਉਂਦਾ, ਉਹ ਇੱਥੇ ਦੇ ਜਿਹੜੇ ਕੁਦਰਤ ਦਾ ਜਿਹੜਾ ਇੱਥੇ ਦਾ ਜਿਹੜਾ ਕੁਦਰਤ ਦਾ ਪਰਿਆਵਰਣ ਆ, ਮਾਹੌਲ ਆ, ਵਾਤਾਵਰਨ ਆ, ਬੜਾ ਦਿਲ ਨੂੰ ਸੁਹਾਉਂਦਾ ਆ। ਅੱਗੇ ਆਪਾਂ ਚੱਲਦੇ ਹਾਂ ਹੁਣ ਮੋਰਨੀ ਹਿੱਲ, ਉੱਥੇ ਦੇ ਦ੍ਰਿਸ਼ ਤੁਹਾਡੇ ਨਾਲ ਸਾਂਝੇ ਕਰਾਂ। ਮੋਰਨੀ ਦੀਆਂ ਝੀਲਾਂ ਕੁਦਰਤ ਦੇ ਵਿਚਕਾਰ ਸ਼ਾਨਦਾਰ ਕੈਂਪਿੰਗ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਮੰਨਿਆ ਜਾਂਦਾ ਹੈ ਕਿ ਮੋਰਨੀ ਦਾ ਨਾਮ ਇੱਕ ਰਾਣੀ ਤੋਂ ਲਿਆ ਗਿਆ ਹੈ, ਜੋ ਉਸ ਸਮੇਂ ਮੋਰਨੀ ਦੀ ਮਹਾਰਾਣੀ ਸੀ, ਜਿਸ ਨੇ ਇੱਕ ਵਾਰ ਇਸ ਖੇਤਰ ਉੱਤੇ ਰਾਜ ਕੀਤਾ ਸੀ। ਇਹ ਇਸ ਦੇ ਹਿਮਾਲਿਆ ਦ੍ਰਿਸ਼ ਬਨਸਪਤੀ ਝੀਲਾਂ ਲਈ ਜਾਣਿਆ ਜਾਂਦਾ ਹੈ, ਜਿਸ ਤੋਂ ਬਾਅਦ ਮਹਾਰਾਣੀ ਨੂੰ ਮੋਰਨੀ ਦੇ ਨਾਂ 'ਤੇ ਹੀ ਜਾਣਿਆ ਜਾਣ ਲੱਗਾ ਅਤੇ ਇਸ ਦਾ ਨਾਮ ਵੀ ਮੋਰਨੀ ਪੈ ਗਿਆ। ਇੱਕ ਪਹਾੜੀ ਦੋ ਝੀਲਾਂ ਨੂੰ ਇੱਥੇ ਵੰਡਦੀ ਹੈ। ਵੱਡੀ ਨੂੰ ਟਿੱਕਰਤਾਲ ਕਿਹਾ ਜਾਂਦਾ ਹੈ, ਜੋ ਕਿ 550 ਮੀਟਰ ਚੌੜਾ ਅਤੇ 460 ਮੀਟਰ ਲੰਬਾ ਹੈ, ਅਤੇ ਛੋਟੀ ਨੂੰ ਛੋਟਾ ਟਿੱਕਰਤਾਲ ਕਿਹਾ ਜਾਂਦਾ ਹੈ। ਦੋ ਝੀਲਾਂ ਦੇ ਪਾਣੀ ਦਾ ਪੱਧਰ ਲਗਭਗ ਇੱਕੋ ਜਿਹਾ ਰਹਿੰਦਾ ਹੈ। ਮੋਰਨੀ ਦੇ ਸਥਾਨਕ ਲੋਕ ਝੀਲ ਨੂੰ ਪਵਿੱਤਰ ਮੰਨਦੇ ਹਨ। ਟਿੱਕਰਤਾਲ ਦੇ ਨੇੜੇ ਇੱਕ 12ਵੀਂ ਸਦੀ ਦਾ ਮੰਦਰ ਮੌਜੂਦ ਹੈ ਅਤੇ ਇੱਕ ਪੁਰਾਤੱਵ ਖੋਜ ਵੀ ਵਿੱਚ 12ਵੀਂ ਸਦੀ ਦੀਆਂ ਕਲਾਕ੍ਰਿਤੀਆਂ ਦਾ ਪਰਦਾਫਾਸ਼ ਹੋਇਆ ਸੀ, ਜੋ ਉੱਥੇ ਖੁੱਲ੍ਹੇ ਵਿੱਚ ਰੱਖੀਆਂ ਗਈਆਂ ਹਨ। ਮੋਰਨੀ ਪਹਾੜੀਆਂ ਅਤੇ ਜੰਗਲੀ ਜੀਵ ਇਸ ਵਿੱਚ ਬਨਸਪਤੀ ਦੀ ਇੱਕ ਬਹੁਤ ਵੱਡਾ ਯੋਗਦਾਨ ਹੈ। ਇੱਥੇ ਬਹੁਤ ਸਾਰੇ ਜੰਗਲੀ ਜਾਨਵਰ ਵੀ ਵੇਖੇ ਜਾ ਸਕਦੇ ਹਨ। ਇਸ ਨੂੰ ਆਪਣਾ ਘਰ ਬਣਾਉਣ ਵਾਲੇ ਜਾਨਵਰਾਂ ਵਿੱਚ ਗਿੱਦੜ, ਲੰਗੂਰ, ਖਰਗੋਸ਼, ਹੈਨਾ, ਨੀਲਗਾਂ, ਜੰਗਲੀ ਸੂਰ, ਭੌਂਕਣ ਵਾਲੇ ਹਿਰਨ, ਸਾਂਭਰ ਅਤੇ ਇੱਥੋਂ ਤੱਕ ਕਿ ਚੀਤੇ ਵੀ ਸ਼ਾਮਲ ਹਨ। ਇਸ ਖੇਤਰ ਵਿੱਚ ਮਨੁੱਖ ਦੁਆਰਾ ਬਣਾਈਆਂ 3 ਝੀਲਾਂ ਵੀ ਸ਼ਾਮਲ ਹਨ। ਕੈਪਰਾ ਲਈ ਡੈਮੋਨੀ ਰਹਿਸਾਂ ਵੀ ਸਥਾਪਿਤ ਹਨ। ਮੋਰਨੀ ਵਿੱਚ ਬਨਸਪਤੀ ਅਤੇ ਜੀਵ ਜੰਤੂ ਦੀ ਇੱਕ ਦਿਲਚਸਪ ਸ਼੍ਰੇਣੀ ਹੈ। ਪਹਾੜੀ ਚੋਟੀ 'ਤੇ ਪਾਈਨ, ਤਾਜ਼ ਹਨ ਅਤੇ ਨਿੰਮ ਆਦਿ ਕਈ ਦਰਖਤ ਜੋ ਮਨ ਨੂੰ ਮੋਹ ਲੈਂਦੇ ਹਨ। ਹਾਂਜੀ ਦੋਸਤੋ, ਕਿਆ ਹਾਲ ਹੈ ਆਪਕਾ? ਬੜੀਆ ਵੀਰੇ, ਕਹਾਂ ਸੇ ਹੋ ਭਈਆ? ਬਿਲਾਸਪੁਰ। ਹਿਮਾਚਲ? ਹਿਮਾਚਲ ਨਹੀਂ, ਹਿਮਾਚਲ ਸਾਈਡ ਮੇ ਹਰਿਆਣਾ। ਹਰਿਆਣਾ ਸਾਈਡ ਸੇ ਹੋ? ਅੱਛਾ, ਫਸਟ ਵਾਰ ਆਏ ਹੋ? ਫਸਟ ਵਾਰ ਹੀ ਆਏ ਹਾਂ, ਇੱਕ ਦੋ ਵਾਰ ਜੋ ਪਹਿਲੇ ਵੀ ਆਇਆ। ਅੱਛਾ ਬ੍ਰਦਰ, ਆਪ ਵੀ ਕਹਾਂ ਸੇ ਆਏ ਹੋ? ਬਿਲਾਸਪੁਰ ਸੇ। ਆਪ ਵੀ ਬਿਲਾਸਪੁਰ ਸੇ ਆਏ ਹੋ? ਆਪ ਸਭੀ ਬਿਲਾਸਪੁਰ ਸੇ ਭਈਆ? ਫਸਟ ਵਾਰ ਆਏ ਹੋ? ਜੀ ਜੀ, ਫਸਟ ਵਾਰ ਆਇਆ। ਭਾਈ ਮੈਂ ਵੀ ਪਹਿਲੀ ਵਾਰ ਆਇਆ, ਮੈਂ ਪੰਜਾਬ ਤੋਂ ਆਇਆ, ਬੜਾ ਹੀ ਵਧੀਆ ਲੱਗਿਆ। ਕਿੱਦਾਂ ਲੱਗਿਆ ਘੁੰਮਣ ਦਾ? ਪਾਣੀ ਚ ਤਾਂ ਨਜ਼ਾਰਾ, ਮੈਂ ਦੇਖ ਕੇ ਵਾਹ ਵਾਹ ਹੋਈ ਪਈ ਯਾਰ। ਵਾਕਈ 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 ਸਹੀ ਗੱਲ ਹੈ, ਸਹੀ ਗੱਲ ਹੈ। ਅਤੇ ਭਰਾ ਬਹੁਤ ਵਧੀਆ ਲੱਗਿਆ ਮਿਲ ਕੇ। ਅਤੇ ਵੈਸੇ ਹੋਰ ਕਿੱਥੇ ਕਿੱਥੇ ਦਾ ਮਾਹੌਲ ਆ ਦੇਖਣ ਦਾ ਗਾਹਾਂ ਟੂਰ ਤੁਹਾਡਾ? ਸ਼ਿਮਲਾ ਦਾ ਮੋਰਨੀ ਹਿੱਲ ਜਾਏ? ਮੋਰਨੀ ਹਿੱਲ ਕੁਛ ਹੈ ਨਹੀਂ ਸੀਗਾ, ਮੈਂ ਗਿਆ ਗਏ ਨੀ ਬਾਈਕ ਸੇ ਹੋ ਜਾਂ ਗਾੜੀ ਸੇ? ਕਾਸੇ ਨਜ਼ਾਰਾ ਬਾਈਕ ਵਰਗੀ, ਕਿਹੜੀ ਬਾਈਕ? ਸਪਲੈਂਡਰ ਬਾਈ, ਸਾਰੇ ਸਪਲੈਂਡਰ ਵਾਲੇ ਹੋ ਬਾਈ, ਨਜ਼ਾਰਾ ਲਿਆ। ਸਪਲੈਂਡਰ ਸਾਰਿਆਂ ਕੋਲ ਹੀ ਆ? ਸਿਲਵਰ ਕਲਰ ਦਾ ਕਿਹਦੇ ਕੋਲ ਆ? ਬਾਈ ਮੇਰੇ ਕੋਲ ਸਿਲਵਰ ਕਲਰ ਦਾ। ਓਹੋ, ਫਿਰ ਖਿੱਚ ਕੇ ਲੈ ਕੇ ਆਉਂਦਾ? ਅੱਛਾ ਇੱਕ ਗੱਲ ਹੋਰ ਭਰਾ, ਜਿੱਦਾਂ ਉਰੇ ਪਹਿਲੀ ਵਾਰ ਆਏ ਹੋਏ ਹੋ ਸਾਰੇ ਜਾਣੇ, ਜਾਂ ਪਹਿਲਾਂ ਕਦੇ ਆ ਗਏ ਹੋ? ਨਹੀਂ ਨਹੀਂ, ਪਹਿਲਾਂ ਆਏ ਹੋ ਕਦੇ? ਪਹਿਲਾਂ ਇੱਕ ਵਾਰੀ ਮੈਂ ਆਇਆ ਸੀ। ਅੱਛਾ, ਆਪ ਆਏ ਤੇ? ਹਾਂ, ਬਹੁਤ ਵਧੀਆ ਲੱਗਿਆ, ਮਾਰ ਕੇ ਜਾ ਗਿਆ ਮੈਂ ਇਹਨਾਂ ਨੂੰ ਲੈ ਕੇ ਆਵਾਂ, ਬਹੁਤ ਟਾਈਮ ਆ। ਅੱਛਾ, ਸਿੱਧੂ ਬਾਈ ਨੂੰ ਕੌਣ ਕੌਣ ਜਾਂਦਾ? ਸਿੱਧੂ ਮੂਸੇਵਾਲ ਨੂੰ? ਸਿੱਧੂ ਮੂਸੇਵਾਲ ਨੂੰ? ਕਾਜੀ ਫੈਨ ਹੈ ਕੋਈ ਮੇਰੇ ਵਰਗਾ? ਮੈਂ ਤੇ ਗਾਣੇ ਤਾਂ ਸੁਣਦੇ ਹਾਂ, ਬੰਦਾ ਅੱਛਾ ਥਾ ਯਾਰ, ਬਾਲਾ ਅੱਛਾ।
वाह क्या बात है, आपकी बोली बड़ी है, आप थोड़ा बोली बोलना अपने गांव की जो बोली बोल रहे हैं। हाँ अच्छा, आप हरियाणा से हो? अच्छा आप हरियाणा भी हो भाई यार, टूटी फ्रूटी सी बोल रहे हैं पंजाबी, ठीक है। हाँ जी, वैसे मैं हरियाणा से। हरियाणा भी बोलो यार, मुझे बड़ी अच्छी लगती है हरियाणा भी सारी नहीं आती। छोरा छोरी जा जाएगा, सॉरी या छोरा क्या कर रहे हो? हाँ जा रहे भाई। ओ क्या बात है यार। अच्छा भैया जरूर मेरा ब्लॉग चैनल है ग्लो मीडिया पे आप जरूर देखना। थैंक यू भैया बहुत बहुत, थैंक यू भाई, लव यू। छोटे भरा जिंदा रहे, ओके भाई। तू बड़ा कैंट बंदा यार लगे, सारी कैंट वह, ओके थैंक यू ब्रदर। दोस्तों ये रियो होटल का रूम आ, रात में रियो होटल पै रहा, रेस्टोरेंट पै रहा। इतने जो चार्जर आ बैठन का 500 रुपया, पर इतने के जोड़े दृश्य ने तुम्हें दिखाना वाकई बाकमाल देने। रूम भी बड़ा सोहना है ना, जो सवेरे उठो कुदरत चेहरे कुदरत पहाड़ है ना वादियाँ, तो आओ मैं नज़दीक तो कहना भाजन तुम खुद देखो। इतने के जोड़े पहाड़ ने, पहाड़ ने स्विट्जरलैंड तो घट नहीं, वो देखो नीचे पांडी नुमा खेती जिन्होंने पौड़ियों खेती की जाती है, इतने लोग रेंदे भी ने। इतने की धुंद है ना, जो अभी चंडीगढ़ तो तुरे से, चंडीगढ़ तो तुरे से इन्नी धुप सी बई सच्ची, इन्नी ज़्यादा धुप से इतने आके सच्ची बहुत ज़्यादा जरा सुकून मिले वातावरण में, डिग्री जो तापमान वह भी घटी है। तो तुम खुद देखो धुंद है ना, बदल होया होया कि सोहने दृश्य ने, तो उतने कुछ लोग लगे ने तो वो खाना खा रहे हैं, कि सोहना बैठने जगह उपर घर तो उत्ते सड़क। सो जो भी तुम मोरनी हिल आओ तो रास्ते दे जेडे ये दृश्य ने दृश्य जरूर देखो, क्योंकि जेडे दृश्य ने दृश्य दिल में इन्ने मोह लेंदे ने, जी करता है इत ही रहिए। अगे दृश्य जरूर साझी करांगे, आओ चलते हैं आप हम मोरनी हिल के अगले स्टेशन, क्योंकि एक्चुअली घा फूस आ इधर है ना, घा दे पसंद करके हम एक हंबड़ा माड़ा गे मैं ते साढ़े सर दोने जाने, कोशिश करते हैं बाहर निकल की कोशिश करांगे। लो जी 1 2 मोटर वाली हुई है, दूसरी वाली अभी चल रही है। अच्छा वो टिकरताल में है? टिकरताल में अगर टिकटदार में अभी स्टार्ट हो चुकी है। हाँ वो मोटर वाली चल रही है अभी। अच्छा। और मोटर वाली है दो तो चली गई। और आगे और क्या है जो आगे यहाँ पे जो कुल देवता है समरोठा माता का मंदिर है बहुत अच्छा, एक जैसे नैना देवी मंदिर है ना, भूत बंगला भी है, भूत बंगला है वो वही है टिकटताल के तीनों पॉइंट वही है सारी चीज़ें। तो बहुत अच्छा लगा आपसे मिलकर, बहुत सर ठीक है, बहुत बहुत आपको थैंक यू। अगे चलते हैं हम आप अगे चल के अगे दृश्य अगे जो पॉइंट ने है ना व्यू जरूर साझे करा, ठीक है जी, बहुत बहुत धन्यवाद।